ਪੰਜਾਬ ਦੇ ਵਿੱਚ ਨਵੇਂ ਟਰਾਂਸਪੋਰਟ ਮੰਤਰੀ ਬੰਦੇ ਹਨ ਤੇ ਕਈ ਬੱਸਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਵਿੱਚੋਂ ਇੱਕ ਨਿਊ ਦੀਪ ਟਰਾਂਸਪੋਰਟ ਦੇ ਉੱਪਰ ਵੀ ਕਾਰਵਾਈ ਹੁੰਦੀ ਹੈ ਪਰ ਉਹ ਕੋਰਟ ਤੋਂ ਰਾਹਤ ਲੈ ਜਾਂਦੇ ਨੇ ਫਿਲਹਾਲ ਕੀ ਸਥਿਤੀ ਹੈ ਨਿਊ ਦੀਪ ਦੇ ਜਿਹੜੇ ਮਾਲਕ ਹਨ ਉਹ ਸਾਡੇ ਨਾਲ ਹਨ ਸਰ ਤੁਹਾਡੇ ਕਈ ਬੱਸਾਂ ਜਿਹੜੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਹਨ ਨਹੀਂ ਚੱਲਣ ਤੇ ਜਾ ਰਹੀਆਂ ਸੀ ਕੋਰਟ ਤੋਂ ਤੁਸੀਂ ਰਾਹਤ ਲਈ ਫਿਲਹਾਲ ਕੀ ਸਥਿਤੀ ਹੈ ਉਹਨਾਂ 24 ਬੱਸਾਂ ਸਾਡੀਆਂ ਰਾਤ ਛੱਡਤੀਆਂ ਜੀ ਬਾਕੀ ਹਜੇ ਸਟਿਲ ਅੰਦਰ ਆ ਜੀ ਆਫਸਰ ਸਾਹਿਬਾਨਾਂ ਤੋਂ ਪੁੱਛਿਆ ਗਿਆ ਜੀ ਕਿ ਹੁਣ ਸਰ ਕੀ ਪ੍ਰੋਬਲਮ ਆ ਟੈਕਸ ਅਸੀਂ ਭਰਿਆ ਵਿਆ ਮਾਨਯੋਗ ਹਾਈ ਕੋਰਟ ਨੇ ਸਾਨੂੰ ਰੀਲੀਫ ਦਿੱਤੀ ਵੀ ਹੁਣ ਤਾਂ ਬੱਸਾਂ ਛੱਡੋ ਕਹਿੰਦੇ ਜੀ ਤੁਹਾਡੇ ਪਰਮਟ ਐਕਸਪਾਇਰ ਹੋਏ ਵੇ ਆ ਮਤਲਬ ਕਿ ਕਿੱਡਾ ਨਕਮਾ ਜਾਂ ਬਹਾਨਾ ਲਾ ਰਹੇ ਆ ਜੀ ਜੇ ਪਰਮਟ ਐਕਸਪਾਇਰ ਹੋਏ ਵੇ ਆ ਤਾਂ ਇਟ ਇਜ਼ ਜਸਟ ਲਾਈਸੈਂਸ ਡਰਾਈਵਿੰਗ ਲਾਈਸੈਂਸ ਜਿਵੇਂ ਆਪਣਾ ਲਾਈਸੈਂਸ ਡਰਾਈਵਿੰਗ ਦਾ ਐਕਸਪਾਇਰ ਹੋ ਜਾਂਦਾ ਅਪਾ ਉਹਦੀ ਫੀਸ ਜਮਾ ਕਰਾ ਦਿੰਦੇ ਆ ਐਪਲੀਕੇਸ਼ਨ ਦੇ ਦਿੰਦੇ ਆ ਲਾਇਸੈਂਸ ਆਪਣਾ ਚਾਹੇ ਐਕਸਪਾਇਰ ਰਵੇ ਮਹੀਨਾ ਵੀਦ ਨੂੰ ਲਾ ਦਿੰਦੇ ਆ ਦੁਬਾਰਾ ਰੀਨਿਊ ਹੋ ਕੇ ਆਉਣ ਚ ਕਿਉਂਕਿ ਆਪਣੇ ਰਸ਼ ਬਹੁਤ ਜ਼ਿਆਦਾ ਰਹਿੰਦਾ ਲੇਕਿਨ ਉਹ ਪਰਮਿਟ ਤੁਹਾਡਾ ਉਹ ਲਾਇਸੈਂਸ ਤੁਹਾਡਾ ਵੈਲਿਡ ਹੁੰਦਾ ਜਦੋਂ ਤੁਸੀਂ ਇਨ ਟਾਈਮ ਆਫ ਦੀ ਫੀਸ ਭਰੀ ਹੋਵੇ ਇਟ ਇਜ਼ ਵੈਲਿਡ ਤੁਸੀਂ ਚਲਾ ਸਕਦੇ ਹੋ ਮਤਲਬ ਬਸ ਪਰ ਉਹ ਤੁਹਾਡਾ ਮੈਂ ਤੁਹਾਡੇ ਲਾਇਸੈਂਸ ਦੀ ਗੱਲ ਕਰਦਾ ਤੁਹਾਡਾ ਡਰਾਈਵਿੰਗ ਲਾਇਸੈਂਸ ਭਾਈ ਸਾਹਿਬ ਗਾਹਣੋ ਵੀ ਤੁਹਾਨੂੰ ਮੈਂ ਦੱਸ ਦਿੰਦਾ ਐਸੇ ਤੁਸੀਂ ਸਿਆਣੇ ਹੋ ਜਦੋਂ ਤੁਸੀਂ ਲਾਇਸੈਂਸ ਰੀਨਿਊਲ ਦੀ ਫੀਸ ਭਰਤੀ ਤਾਂ ਤੁਹਾਡਾ ਲਾਇਸੈਂਸ ਵੈਲਿਡ ਹੋ ਗਿਆ ਉਹ ਐਕਸਪਾਇਰ ਨਹੀਂ ਮੰਨਿਆ ਜਾਊਗਾ ਜੋ ਤੁਸੀਂ ਫੀਸ ਉਹਦੀ ਭਰਤੀ ਇਹੀ ਚੀਜ਼ ਇੰਦੇ ਚ ਵੀ ਲੱਗ ਰਹੀ ਦੀ ਸੇਮ ਚੀਜ਼ ਸੇਮ ਚੀਜ਼ ਅਸੀਂ ਉਹਦੀ ਫੀਸ ਭਰਤੀ ਪਰਮਿਟਰ ਨਿਊਲ ਦੀ ਫੀਸ ਭਰਤੀ ਐਪਲੀਕੇਸ਼ਨ ਦੇਤੀ ਨਾਲ ਟੈਕਸ ਕਲੀਅਰੈਂਸ ਅਸੀਂ ਲਾਤਾ ਜਿੰਨੇ ਡਾਕੂਮੈਂਟ ਚਾਹੀਦੇ ਸੀ ਉਹ ਦੇਤੇ ਰੀਨਿਊਲ ਅਥਾਰਟੀ ਤਾਂ ਆਰਟੀਏ ਆ ਰੀਜਨਲ ਟ੍ਰਾਂਸਪੋਰਟ ਅਥਾਰਟੀ ਰੀਨਿਊ ਤਾਂ ਉਹਨਾਂ ਨੇ ਕਰਨਾ ਨਾ ਸਾਡੇ ਬੰਨਿਓ ਤਾਂ ਬਲੈ ਕੱਲ ਨੂੰ ਕਰਦੇ ਸਾਨੂੰ ਕੀ ਤਰਾਜ ਆ ਸਾਡੇ ਬੰਨਿਓ ਪੂਰਾ ਜੇ ਤੁਹਾਡੇ ਕੋਲੇ ਟਾਈਮ ਹੈ ਨਹੀਂ ਤੁਸੀਂ ਉਹਨੂੰ ਡਿਲੇ ਕਰ ਰਹੇ ਹੋ ਤੇ ਸਾਡਾ ਤਾਂ ਕੋਈ ਕਸੂਰ ਨਹੀਂ ਕਹਿੰਦੇ ਜੀ ਤੁਹਾਡੇ ਪਰਮਿਟ ਨਹੀਂ ਜਿਹੜੀਆਂ ਜਿਹੜੀਆਂ ਉਹਨਾਂ ਤੇ ਰੀਨਿਊ ਨਹੀਂ ਹੋਇਆ ਇਹੀ ਕਾਰਨ ਦੱਸਿਆ ਜਿਹੜੀਆਂ ਤੁਹਾਡੀਆਂ ਫਿਲਹਾਲ ਸਿੰਪਲ ਇਹੀ ਕਾਰਨ ਆ ਜੀ ਸਿੰਪਲ ਔਰ ਇਹ ਵੀ ਨਹੀਂ ਵੀ ਕੋਈ ਬਹੁਤ ਦੇਰੀ ਹੋ ਗਈ ਸਾਡੇ ਪਰਮਟ ਐਕਸਪਾਇਰ ਹੋਏ ਨੂੰ ਕਿਸੇ ਨੂੰ ਮਹੀਨਾ ਕਿਸੇ ਨੂੰ 2 ਮਹੀਨੇ ਐਪਲੀਕੇਸ਼ਨ ਸੋਦੇ ਨਹੀਂ ਦਿੱਤੀਆਂ ਵੀ ਇਹ ਤਾਂ ਮਤਲਬ ਕਿ ਦੁਬਾਰੇ ਇਹਨਾਂ ਨੇ ਮੈਨਲਾ ਦਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਤੋਂ ਫੇਰ ਜਾ ਲਵਾ ਕੇ ਆਉਣਾ ਮੈਨੂੰ ਲੱਗੀ ਜਾਂਦਾ ਸਾਨੂੰ ਜਾਣਾ ਪੈਣਾ ਮੈਂ ਕਹਿਣਾ ਚਾਹ ਰੋ ਕਾਨੂੰ ਜਾਣਾ ਜੀ ਕਿਸੇ ਨਾ ਕਿਸੇ ਅਫਸਰ ਸਾਹਿਬਾਨ ਦਾ ਇਹਨੇ ਨਕਸ਼ਾਨ ਕਰਾ ਦੇਣਾ ਪਹਿਲਾਂ ਵੀ ਇਦਾਂ ਕਦੀ ਹੋਇਆ ਹੀ ਕੋਕੀ ਤੁਸੀਂ ਕਹਿੰਦੇ ਕੰਟੀਨਿਊ ਪ੍ਰੋਸੈਸ ਹੈ 20 30 ਸਾਲ ਹੋ ਗਏ ਸਾਡਾ ਚੱਲਦਾ ਇਦਾਂ ਸਾਰੇ ਪੰਜਾਬ ਦਾ ਇੱਕ ਵੀ ਕੇਸ ਮੈਨੂੰ ਇਹੋ ਜਿਹਾ ਭਾਲਦੇ ਹੋ ਕਦੇ ਕਿਸੇ ਦਾ ਟੈਕਸ ਪਿੱਛੇ ਪਰਮਿਟਰ ਰੱਦ ਕੀਤੇ ਹੋਣ ਜਾਂ ਕਦੇ ਕਿਸੇ ਦੇ ਪਰਮਿਟਰ ਨਿਊਲ ਨਾ ਹੋਏ ਹੋਣ ਤੇ ਇਹਨਾਂ ਨੇ ਪਰਮਟਾਂ ਚੋਂ ਬੱਸਾਂ ਕੱਢਤੀਆਂ ਹੋਣ ਟਾਈਮਾਂ ਚੋਂ ਆਹ ਦੇਖੋ ਤੁਹਾਨੂੰ ਮੈਂ ਇੱਥੇ ਆ ਦੇਖੋ ਜੀ 19 18 ਲੋਕਿ ਇਹੋ ਜਿਹੀ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਜਿਹੜੇ ਆ ਦਿਖਾ ਰਹੇ ਤੁਸੀਂ ਕੀ ਹੈਗੀ ਇਹ ਸਰ ਪਟਿਆਲਾ ਬੱਸ ਹਾਈਵੇਸ ਦਾ ਇਹ ਪਰਮਟ ਨੰਬਰ ਆ 2012 ਦਾ ਨਿਊ ਹੈ ਵੇ ਭਾਈ ਸਾਹਿਬ ਇਹ ਵੀ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਜਿਹੜੀਆਂ ਹੈ ਹੋਰ ਇਸ ਤਰੀਕੇ ਦੀਆਂ ਜਿਹੜੀਆਂ ਚੱਲ ਰਹੀਆਂ ਸਾਰੀਆਂ ਚੱਲ ਰਹੀਆਂ ਜੀ ਕਿਸੇ ਦਾ ਪਰਮਿਟ ਨਿਊ ਨਹੀਂ ਸਾਰੀਆਂ ਚੱਲ ਰਹੀਆਂ ਇਹ ਵੀ ਕਿਉਂਕਿ ਤੁਸੀਂ ਉੱਥੇ ਇਲੈਕਸ਼ਨ ਲੜ ਰਹੇ ਹੋ ਨਾ ਉਹਨਾਂ ਦੇ ਖਿਲਾਫ ਇਹ ਵੀ ਰੀਜ਼ਨ ਹੈਗਾ ਕਿ ਵੈਂਡੇਟਾ ਹੋਏਗਾ ਇਹਨਾਂ 'ਚ ਹੈ ਕਿ ਉਹਨਾਂ ਦੇ ਖਾਸ ਹੋਣ ਜਨਾਂ ਦੀਆਂ ਚੱਲੀ ਜਾ ਰਹੀਆਂ ਸਾਰੇ ਖਾਸ ਹੀ ਆ ਜੀ ਕਿਹੜੇ ਭਾਈ ਸਾਹਿਬ ਗੱਲ ਖਾਸ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਜਦੋਂ ਗੱਲ ਤੁਸੀਂ ਕਿਸੇ ਅਹੁਦੇ ਤੇ ਆ ਜਾਓ ਨਾ ਜਦੋਂ ਤੁਸੀਂ ਕਿਸੇ ਰਿਸਪੈਕਟਫੁਲ ਅਹੁਦੇ ਤੇ ਆ ਜਾਓ ਫਿਰ ਗੱਲ ਖਾਸ ਆਮ ਦੀ ਨਹੀਂ ਹੁੰਦੀ ਫਿਰ ਗੱਲ ਹੁੰਦੀ ਆ ਕਾਨੂੰਨ ਦੇ ਦਾਇਰੇ ਚ ਰਹਿ ਕੇ ਕੰਮ ਕਰ ਫਿਰ ਏ ਟੂ ਜ਼ੈਡ ਇੱਕੋ ਨਿਗਾਹ ਨਾ ਦੇਖੋ ਹਰੇਕ ਨੂੰ ਗੱਲ ਇਹ ਹੁੰਦੀ ਆ ਮੈਂ ਐਵੇਂ ਕਹਾਂ ਜੀ ਆ ਖਾਸ ਆ ਖਾਸ ਨਹੀਂ ਆ ਖਾਸਾ ਖਾਸ ਨਹੀਂ ਫਿਰ ਵੀ ਲਿਸਟ ਲਿਆਇਓ ਕਿਹੜੇ ਕਿਹੜੇ ਅਹਿਮ ਬੰਦੇ ਜਿਹੜੇ ਲੋਕੀ ਜਾਣਦੇ ਨੇ ਮੈਂ ਇਹਨਾਂ ਨੂੰ ਹੀ ਪੁੱਛ ਲਵਾਂ ਵੀ ਤੁਹਾਡੇ ਖਾਸ ਕਿਹੜੇ ਆ ਜੀ ਇਹਨਾਂ ਚੋਂ ਤੁਹਾਨੂੰ ਉਹੀ ਦੱਸ ਦੇਣਗੇ ਆ ਸਾਰੀ ਭਈਆ ਲਿਸਟ ਕਿਸੇ ਦੇ ਐਕਸਰ ਹੋਏ ਹੋ ਕੋਈ ਕਿਹੜੇ ਬੰਦੇ ਕਿੰਨਾ ਦੇ ਵਿੱਚ ਭਾਈ ਸਾਹਿਬ ਤੁਸੀਂ ਮੈਥੋਂ ਨਾਮ ਲਵਾਉਣਾ ਚਾਹੁੰਦੇ ਹੋ ਤੇ ਮੈਂ ਲੈ ਦੇਣਾ ਮੈਨੂੰ ਕਿਹੜਾ ਕੋਈ ਡਰ ਲੱਗਦਾ ਜੀ ਸਰਦਾਰ ਅਵਤਾਰ ਸਿੰਘ ਹੈਨਰੀ ਸਾਹਿਬ ਕਰਤਾਰਬਾ ਸਰਵਿਸ ਕੁਸ਼ਲਦੀਪ ਸਿੰਘ ਢੱਲ ਐਮ ਐਲ ਫਰੀਦ ਕੋਟ ਉਹਨਾਂ ਦੀ ਗ੍ਰੀਨ ਰੋਡਵੇ ਦਾ ਜੀ ਜਸਪੀਰ ਸਿੰਘ ਡਿੰਪਾ ਜੀ ਐਮ ਪੀ ਖਡੂਰ ਸਾਹਿਬ ਸਾਰਿਆਂ ਦੇ ਪਰਮਟ ਐਕਸਪਾਇਰ ਆ ਜੀ ਸਾਰਿਆਂ ਦਾ ਟੈਕਸ ਦੇਉਗਾ ਕੋਈ ਨਹੀਂ ਰੋਕਿਆ ਨੋ ਪਰਮਟ ਐਕਸਪਾਇਰ ਇਹ ਰਿਵਾਜ ਬੜਾ ਗਲਤ ਪਾ ਰਹੇ ਆ ਦਿਸ ਇਜ਼ ਵੈਰੀ ਰੋਂਗ ਐਸਟੀ ਨਾਲ ਤੁਹਾਡੀ ਗੱਲ ਨਹੀਂ ਹੋਈ ਕਿ ਵੀ ਮੈਂ ਕੰਟੀਨਿਊ ਪ੍ਰੋਸੈਸ ਤੇ ਚੱਲ ਰਿਹਾ ਸੀ ਫੀਸ ਭਰੀ ਹੋਈ ਹੈ ਤੁਸੀਂ ਪਰਵਾਹੀ ਹੈ ਤੇ ਹੁਣ ਸਾਡੀਆਂ ਚਲਾ ਦਿਓ ਕੋਈ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਮੰਤਰੀ ਜੀ ਦਾ ਪ੍ਰੈਸ਼ਰ ਆ ਜੀ ਕਿਹਾ ਉਹਨਾਂ ਨੇ ਕੁਝ ਗੱਲ ਹੋਈ ਤੁਹਾਡੀ ਸਾਰੇ ਅਫਸਰ ਸਹਿਬਾਨ ਇੱਕ ਨਹੀਂ ਜਿੰਨੇ ਆਟੀਏ ਹੱਥ ਬੰਨ ਕੇ ਖੜ ਜਾਂਦੇ ਸਾਡੀ ਸਾਡੀ ਮਜਬੂਰੀ ਆ ਸਰ ਸਾਡੀ ਤਾਂ ਜੀ ਮਤਲਬ ਕਿ ਬੈਂਡ ਵਜਾ ਦਿੰਦੇ ਆ ਮੰਤਰੀ ਜੀ ਕਹਿੰਦੇ ਜੇ ਕੋਈ ਵੀ ਅਸੀਂ ਐਕਸ਼ਨ ਕਰਦੇ ਆ ਉਹ ਕੀ ਕਰੀਏ ਜੀ ਫਿਰ ਕੀ ਕਹਿ ਸਕਦੇ ਆ ਫਿਰ ਅਸੀਂ ਚਲੋ ਮੈਂ ਕਿਹਾ ਭਾਈ ਕੁਝ ਨਾ ਕੁਝ ਤਾਂ ਦਿਓ ਲੈ ਕੇ ਦੁਬਾਰਾ ਹਾਈ ਕੋਰਟ ਜਾਂਦੇ ਆ ਹੋਰ ਕੀ ਫਿਰ ਉਹ ਤੋਂ ਡਰ ਵੀ ਜਾਂਦੇ ਆ ਵੀ ਸਰ ਤੁਸੀਂ ਦੁਬਾਰੇ ਨਾਲ ਜਾਓ ਅਸੀਂ ਕਰਦੇ ਆ ਮੈਂ ਵੀ ਇਹੀ ਇਹ ਸੋਚਦਾ ਵੀ ਦੇਖੋ ਇਹ ਦੇ ਕਰਕੇ ਕਿਸੇ ਅਫਸਰ ਦੀ ਰੋਟੀ ਚਲੀ ਜਾਵੇ ਮੈਂ ਉਸ ਚੀਜ਼ ਨੂੰ ਲਾਈਕ ਨਹੀਂ ਕਰਦਾ ਤੁਹਾਡੇ ਕਿੰਨੇ ਕਰਮਚਾਰੀਆਂ ਦੀ ਰੋਟੀ ਚਲੀ ਗਈ ਉਹ ਦੱਸ ਦਿਓ ਹਜ਼ਾਰ ਘੱਟੋ-ਘੱਟ 3-4000 ਬੰਦਾ ਜੀ ਜਿਹੜਾ ਅੱਜ ਇਸ ਟ੍ਰਾਂਸਪੋਰਟ ਤੋਂ ਰੋਟੀ ਖਾਂਦਾ ਤੇ ਬੜਾ ਦੁੱਖ ਲੱਗਦਾ ਜੀ ਜਦੋਂ ਸ਼ਾਮ ਨੂੰ ਸਾਰੇ ਸਾਡੇ ਕੋਲੇ ਇਕੱਠੇ ਹੁੰਦੇ ਆ ਅੜੀਕਦੇ ਆ ਵੀ ਯਾਰ ਕੀ ਹੋਇਆ ਕਾਕਾ ਜੀ ਮੈਨੂੰ ਕਾਕਾ ਜੀ ਕਹਿੰਦੇ ਆ ਪਿਆਰ ਨਾਲ ਸਾਰੇ ਕਿਉਂਕਿ ਮੈਨੂੰ ਮੇਰੇ ਕੋਲ ਬੜੇ ਪੁਰਾਣੇ ਮੁਲਾਜ਼ਮਾਂ ਜੀ ਜਿਨ੍ਹਾਂ ਨੇ ਮੈਨੂੰ ਝੱਕ ਕੇ ਖੜਾਇਆ ਵਿਆ ਉਦੋਂ ਦਾ ਮੈਂ ਕਾਕਾ ਹੀ ਆਂ ਜੀ ਤੇ ਉਹ ਕੀ ਬਣਿਆ ਕਾਕਾ ਜੀ ਦੇਖੋ ਸਾਡੇ ਨਾਲ ਬਾਦ ਉਹਨਾਂ ਨੂੰ ਫਿਕਰ ਆ ਜੀ ਸਾਡੇ ਕੋਲੇ ਤਾਂ ਹੋਰ ਹਜ਼ਾਰ ਸਾਧਨ ਆ ਜੀ ਉਹਨਾਂ ਕੋਲੇ ਤਾਂ ਇਹੀ ਆ ਵਿਚਾਰਿਆਂ ਕੋਲੇ ਤੇ ਉਹ ਫਿਰ ਮਾਇੂਸ ਹੋ ਕੇ ਚਲੇ ਜਾਂਦੇ ਸੀ ਜਦੋਂ ਅਸੀਂ ਕਹਿੰਦੇ ਕੋਈ ਨਹੀਂ ਜੀ ਮਾਣਿਓ ਹਾਈ ਕੋਰਟ ਤੇ ਭਰੋਸਾ ਰੱਖੋ ਰੋਟੀ ਬਿਜਾਣ ਵਾਸਤੇ ਦੁਆਰਾ ਕੋਰਟ ਦਾ ਰੁਕ ਕਰਨ ਜਾ ਰਹੇ ਹੋਗੇ ਪਈ ਸਾਹਿਬ ਹੋਰ ਕੀ ਕਰਾਂਗੇ ਜਾਣਾ ਹੀ ਪੈਣਾ ਜੀ ਪਰ ਮੈਂ ਪਹਿਲੀ ਮੇਰੀ ਸੋਚ ਇਹ ਆ ਵੀ ਕਿਸੇ ਦਾ ਨੁਕਸਾਨ ਕਰੇ ਬਿਨਾ ਮੇਰਾ ਫਾਇਦਾ ਹੋ ਜਾਏ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਮੇਰਾ ਫਾਇਦਾ ਹੋ ਜਾਏ ਮੇਰੀ ਸੋਚ ਇਹ ਆ ਪਰ ਜੇ ਇਹਨਾਂ ਨੇ ਹੁਣ ਇੱਕੋ ਲੱਤ ਤੇ ਗਏ ਅਫਸਰ ਸਹਿਬਾਨ ਤੇ ਫਿਰ ਕੋਈ ਨਾ ਕੋਈ ਤਾਂ ਜਾਊਗਾ ਜੀ ਇਹਨਾਂ ਚੋਂ ਜਿਹਨੇ ਨਾ ਕੀਤਾ ਪਰ ਇੱਕ ਨੂੰ ਤਾਂ ਜਾਣਾ ਹੀ ਪੈਣਾ ਪਰ ਕਾਰਨ ਇਹੀ ਹੈ ਕਿ ਤੁਸੀਂ ਉਹਨਾਂ ਦੇ ਅਗੇਂਸਟ 2022 ਦੇ ਵਿੱਚ ਆਉਣ ਲੜ ਰਹੇ ਹੋ ਤੁਹਾਨੂੰ ਕੀ ਲੱਗਦਾ ਹੈ ਕਿਉਂਕਿ ਹੋਰ ਤਾਂ ਕਾਰਨ ਦਿਖ ਵੀ ਨਹੀਂ ਰਿਹਾ ਅੱਜ ਵਿੱਚ ਕੋਈ ਕਾਰਨ ਹੈ ਹੀ ਨਹੀਂਗਾ ਜੀ ਹੋਰ ਤਾਂ ਕੋਈ ਕਾਰਨ ਹੀ ਨਹੀਂ ਹੋਰ ਸਾਡਾ ਕਿਹੜਾ ਕੋ ਕੁਵਟ ਦਾ ਰੌਲਾ ਚ ਅਸੀਂ ਕਿਹੜਾ ਕੁਝ ਵੰਡ ਨਹੀਂ ਆ ਮੈਂ ਰਾ ਮੈਨੂੰ ਲੱਗਦਾ ਕਿ ਵੀ ਕੀ ਕਹਿੰਦਾ ਨੇ ਪਹਿਲਾਂ ਜਦੋਂ ਸੀ ਕਿ ਅਸੀਂ ਟਰਾਂਸਪੋਰਟ ਮਾਫੀਆ ਖਤਮ ਕਰਨਾ ਹੈ ਇਸ ਕਰਕੇ ਕਾਰਵਾਈਆਂ ਕਰ ਰਹੇ ਆ ਸਾਰਿਆਂ ਤੇ ਅਸੀਂ ਕਾਰਵਾਈ ਕਰਾਂਗੇ ਪਰ ਤੁਸੀਂ ਕਹਿੰਦੇ ਕਿ ਸਾਡੇ ਤੇ ਇਕੱਲੇ ਕਰ ਰਹੇ ਨੇ ਜ਼ਿਆਦਾਤਰ ਤੁਸੀਂ ਲਿਸਟ ਵੀ ਲਿਆ ਹੈਗੀ ਭਾਈ ਸਾਹਿਬ ਅਗਰ ਟਰਾਂਸਪੋਰਟ ਮਾਫੀਆ ਤੇ ਇਹ ਕਾਰਵਾਈ ਕਰੇ ਤਾਂ ਯਕੀਨ ਜਾਣਿਓ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿੰਦੇ ਆ ਆਈ ਵਿਲ ਬੀ ਦਾ ਹੈਪੀਐਸਟ ਮੈਨ ਆਈ ਵਿਲ ਬੀ ਦਾ ਹੈਪੀਐਸਟ ਮੈਨ ਕੀ ਦਾ ਫਾਇਦਾ ਹੋਣਾ ਭਾਈ ਸਾਹਿਬ ਜੇ ਟਰਾਂਸਪੋਰਟ ਮਾਫੀਆ ਖਤਮ ਹੋਊਗਾ ਤੇ ਜਿਹੜੇ ਅਸੀਂ ਜਾਨੂਨ ਬੰਦੇ ਚੱਲ ਰਹੇ ਆ ਫਾਇਦਾ ਸਾਡਾ ਹੋਊਗਾ ਇਹਨਾਂ ਵਿੱਚ ਕੋਣ ਹੈ ਕੋਣ ਟਰਾਂਸਪੋਰਟ ਮਾਫੀ ਇਹਨਾਂ ਨੂੰ ਪੁੱਛ ਲੋ ਮੈਨੂੰ ਤਾਂ ਲੱਗਦਾ ਨਹੀਂ ਕੋਈ ਕੁਝ ਹੋਏਗੀ ਪਰ ਤੁਹਾਨੂੰ ਵੀ ਪਤਾ ਹੀ ਹੈ ਕਿ ਕੋਣ ਹੈਗਾ ਟਰਾਂਸਪੋਰਟ ਮਾਫੀ ਇਹਹੀ ਦੱਸਣਗੇ ਨਾ ਜੀ ਮੈਨੂੰ ਤਾਂ ਲੱਗਦਾ ਕੋਈ ਨਹੀਂ ਵੀ ਟਰਾਂਸਪੋਰਟ ਮਾਫੀਆ ਮੈਨੂੰ ਤਾਂ ਕੋਈ ਲੱਗਦਾ ਹੀ ਨਹੀਂ ਵੀ ਟਰਾਂਸਪੋਰਟ ਮਾਫੀਆ ਤੁਸੀਂ ਇਹਨਾਂ ਨੂੰ ਐ ਪੁੱਛੋਗੇ ਤੁਸੀਂ ਕਿਹੜਾ ਮਾਫੀਆ ਫੜ ਲਿਆ ਦੱਸ ਤਾਂ ਦਿਓ ਸਾਨੂੰ ਵੀ ਆਹ ਮਾਫੀਆ ਫੜ ਲਿਆ ਇਹਨਾਂ ਨੂੰ ਤਾਂ ਪੁੱਛੋ ਨਾ ਜੀ ਇਹ ਕੁਐਸਚਨ ਮੈਨੂੰ ਤਾਂ ਕੋਈ ਮਾਫੀਆ ਲੱਗਦਾ ਹੀ ਨਹੀਂ ਪਰ ਜੇ ਕੋਈ ਹੋ ਸਕਦਾ ਮੇਰੀ ਨਿਗਾਹ 'ਚ ਕੋਈ ਫਰਕ ਹੋਵੇ ਇਹਨਾਂ ਨੂੰ ਜਿਆਦਾ ਪਤੇ ਹੋਵੇ ਤਾਂ ਫੜ ਲੈਣ ਕਿਉਂਕਿ ਸਾਨੂੰ ਤਾਂ ਮਾਨਯੋਗ ਹਾਈ ਕੋਰਟ ਨੇ ਕਲੀਨ ਚਿੱਟ ਦੇਤੀ ਇਟ ਮੀਨਸ ਅਸੀਂ ਤਾਂ ਮਾਫੀਆ ਹੈ ਨਹੀਂ ਇਹ ਤਾਂ ਗੱਲ ਕਲੀਅਰ ਹੋ ਗਈ ਨਾ ਵੀ ਵੀ ਆਰ ਨਾਟ ਮਾਫੀਆ ਤੇ ਫਿਰ ਜਿਹੜੇ ਹੈਗੇ ਉਹਨੂੰ ਫੜ ਲਓ ਬੰਦ ਸਾਹਿਬ ਨੂੰ ਵੀ ਦੇ ਦਿੱਤੀ ਤੇ ਸਾਨੂੰ ਵੀ ਦੇ ਦਿੱਤੀ ਇਹ ਤਾਂ ਇਹ ਤਾਂ ਗੱਲ ਕਲੀਅਰ ਹੋ ਗਈ ਨਾ ਜੀ ਇਟ ਮੀਨਸ ਵੀ ਵੀ ਆਰ ਨਾਟ ਮਾਫੀਆ ਤੇ ਜਿਹੜੇ ਹੈਗੇ ਉਹਨੂੰ ਫੜੋ ਜੇ ਉਹ ਉਹਨਾਂ ਦੀ ਬਸਾਂ ਬੰਦ ਹੋਣਗੀਆਂ ਫਾਇਦਾ ਕਿਹਨੂੰ ਹੋਊਗਾ ਜੀ ਸਾਨੂੰ ਹੋਊਗਾ ਨਾ ਤੇ ਅਸੀਂ ਕਿਉਂ ਕਵਾਂਗੇ ਨਾ ਫੜੋ ਸਰਕਾਰ ਪ੍ਰੈਸ਼ਰ ਪਾ ਰਹੀ ਹੈ ਪਾਰਟੀ ਦਾ ਤੁਹਾਡੇ ਨਾਲ ਕੀ ਸਟੈਂਡ ਹੈ ਤੁਸੀਂ ਉਹਨਾਂ ਦੇ ਕੈਂਡੀਡੇਟ ਹੋ ਸਰਕਾਰ ਕਾ ਦਾ ਪ੍ਰੈਸ਼ਰ ਜੀ ਜਿਹੜੀ ਅੱਪਸਾ ਜਿਹੜੀ ਬੰਦ ਕੀਤੀ ਜਾ ਰਹੀ ਹੈ ਨਹੀਂ ਦੇ ਰਹੇ ਜੀ ਬੰਦ ਕਰ ਦਿੰਦੇ ਜੀ ਕੋਈ ਦਿੱਕਤ ਨਹੀਂ ਇੱਕ ਦੀ ਚੀਕਾਂ ਕਢਾਵਾਂਗੇ ਇਹਦੀਆਂ ਜੀ ਜੀ ਇਹ ਹਰ ਵਾਰੀ ਸਟੇਜ ਤੇ ਕਹਿੰਦਾ ਹੁੰਦਾ ਆ ਵੀ ਮੈਂ ਪਿਓ ਦਾ ਪੁੱਤ ਨਹੀਂ ਮੈਂ ਪਿਓ ਦਾ ਪੁੱਤ ਨਹੀਂ ਤੇ ਕਾਕਾ ਜੀ ਹੁਣ ਫਿਰ ਆਜੋ ਮੈਦਾਨ 'ਚ ਜੇ ਪਿਓ ਦੇ ਪੁੱਤ ਨਹੀਂ ਤੁਸੀਂ ਹਵਾ ਵਿੱਚ ਦੇਖੋਗੇ ਇਲੈਕਸ਼ਨ 'ਚ ਵੇਖੋ ਆ ਕੇ ਮੈਦਾਨ 'ਚ ਇਹੋ ਜਿਹੀ ਹਰਕਤਾਂ ਕਿਉਂ ਕਰਦੇ ਹੋ ਉੱਥੇ ਲੱਗ ਜੂ ਪਤਾ ਵੀ ਕਿੰਨੇ ਕ ਪਾਣੀ 'ਚ ਹਣਾ ਇਹ ਆਹ ਤਰੀਕਾ ਤਾਂ ਗਲਤ ਆ ਨਾ ਤੁਸੀਂ ਕਿਸੇ ਨੂੰ ਮੈਂਟਲੀ ਡਿਸਟਰਬ ਕਰਦੇ ਹੋ ਤੇ ਫਿਰ ਤੁਸੀਂ ਇਹਦਾ ਇਹਦੀ ਆੜ ਲੈ ਕੇ ਸਰਕਾਰੀ ਚੀਜ਼ ਦੀ ਤੁਸੀਂ ਇਲੈਕਸ਼ਨ ਚ ਆਉਨੇ ਹੋ ਤੁਸੀਂ ਬੰਦੇਆਂ ਨੂੰ ਇਲੈਕਸ਼ਨ ਚ ਆਓ ਜੇ ਤੁਸੀਂ ਮਰਦੋਂ ਚਲੋ ਤੁਸੀਂ ਲੈਕਚਰ ਵੀ ਛੱਡੋ ਤੁਸੀਂ ਮੇਰੇ ਨਾਲ ਬਹਿ ਕੇ ਡਿਬੇਟ ਕਰ ਲਓ ਜਿੱਥੇ ਮਰਦੋਂ ਕਿਸੇ ਗੱਲ ਤੇ ਕਰ ਲਓ ਕਿਸੇ ਚੀਜ਼ ਤੇ ਕਰ ਲਓ ਇਲੈਕਸ਼ਨ ਤੇ ਮੁੱਦੇ ਤੇ ਕਰ ਲਓ ਟਰਾਂਸਪੋਰਟ ਦੇ ਮੁੱਦੇ ਤੇ ਕਰ ਲਓ ਜਿਹੜੀ ਚੀਜ਼ ਤੇ ਤੁਹਾਡਾ ਜੀ ਕਰਦਾ ਮੇਰੇ ਕੋਲ ਆ ਉਹ ਕਹਿੰਦੇ ਸਿਰ ਮੈਂ ਕੋਈ ਨੀਂ ਦੀਪ ਤੇ ਕਾਰਵਾਈ ਨਹੀਂ ਕਰ ਰਿਹਾ ਜਾਂ ਉਹਦੇ ਤੇ ਨਹੀਂ ਕਰਵੇਗਾ ਜਦੋਂ ਜਵਾਬ ਹੁੰਦੇ ਆ ਉਹ ਕਹਿੰਦੇ ਜਿਹੜਾ ਵੀ ਗਲਤ ਕੰਮ ਕਰ ਰਿਹਾ ਅਸੀਂ ਤਾਂ ਆਦੇਸ਼ ਦਿੰਨੇ ਆ ਤੇ ਅਫਸਰ ਕਾਰਵਾਈ ਕਰ ਦੇਣਗੇ ਹਾਈ 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 ਤੇ ਬਾਹਰ ਆ ਕੇ ਫਿਰ ਡਿੰਗਾ ਕਿਉਂ ਮਾਰਦੇ ਆ ਜੀ ਵੀ ਅਸੀਂ ਮੈਂ ਐਂ ਕਰਤਾ ਉਦੋਂ ਫਿਰ ਕਹਿੰਦੇ ਨਾ ਮੇਰੇ ਅਫਸਰਾਂ ਨੇ ਐਂ ਕੀਤਾ ਜੀ ਮੇਰੇ ਅਫਸਰ ਸਾਹਿਬਾਂ ਨੇ ਉਦੋਂ ਫ੍ਰੈਂਕੋ ਕਹਿੰਦਾ ਵੀ ਰਾਜਾ ਅਵੜਿੰਗਣੇ ਐਂ ਕੀਤਾ ਜਾਂ ਤਾਂ ਫਿਰ ਕੋਰਟ ਦੇ ਵਿੱਚ ਝੂਠ ਮਾਰ ਕੇ ਆਉਂਦੇ ਆ ਜੀ ਐਫਿਡੇਵਿਟ ਦੇ ਕੇ ਵੀ ਮੈਂ ਤਾਂ ਕੁਛ ਕੀਤਾ ਨਹੀਂ ਜਾਂ ਲੋਕਾਂ ਨੂੰ ਬੁੱਧੂ ਬਣਾ ਰਹੇ ਦੋ ਹੀ ਗੱਲਾਂ ਇਹਨਾਂ ਦੋਨਾਂ ਚ ਉੱਥੇ ਤਾਂ ਫਿਰ ਐ ਆਪਣਾ ਭਿੱਜੀ ਬਿੱਲੀ ਬਣੇ ਖੜੇ ਹੁੰਦੇ ਆ ਵੀ ਮੈਂ ਤਾਂ ਕੁਛ ਕੀਤਾ ਨਹੀਂ ਇਹ ਤਾਂ ਕੰਮ ਹੀ ਅਫਸਰਾਂ ਦਾ ਉਦੋਂ ਉੱਥੇ ਵੀ ਕਹਿੰਦਾ ਵੀ ਮੈਂ ਕੀਤਾ ਜੀ ਰਾਜਾ ਵੜਿੰਗੜੇ ਫਿਰ ਤਾਂ ਪਤਾ ਲੱਗੇ ਵੀ ਹਾਂ ਵੀ ਵਾਕਈ ਬਹੁਤ ਬਹੁਤ ਵੱਡਾ ਸੂਰ ਮਿਲਦਾ ਜਵਾਬ ਸਿੱਧਾ ਕੋਰਟ ਦੇ ਵਿੱਚ ਤੇ ਇਲੈਕਸ਼ਨਾਂ 'ਚ ਦੋਗੇ ਤੁਸੀਂ ਸਰ ਠੋਕੇ ਨੇ ਕੋ ਤਕੜਾ ਹੋ ਜਾ ਤਕੜਾ ਤੂੰ ਕੋਈ ਨਹੀਂ ਬੱਸਦਾ ਤਾਂ ਕੋਈ ਗੱਲ ਨਹੀਂ ਜਿੱਥੇ ਐਨਾ ਚਰ ਲਿਆ ਹੁਣ ਅਸੀਂ ਬੇਸ਼ਰਮ ਜੀ ਹੋ ਗਏ ਆ ਅਸੀਂ ਵੀ ਹਾਂ ਉਸ ਕਿਨੇ ਪੜਾਂਗੇ ਬਿਲਕੁਲ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੀ ਕਾਰਵਾਈ ਕੀਤੀ ਗਈ ਹੈ ਇਹ ਸਿਰਫ ਇੱਕ ਵੈਂਡਿਟਾ ਪੋਲਿਟਿਕਸ ਹੈ ਤੇ ਇਸ ਨੂੰ ਹੁਣ ਕੋਰਟ ਦੇ ਵਿੱਚ ਵੀ ਅਸੀਂ ਦੇਖਾਂਗੇ ਤੇ ਨਾਲ ਹੀ ਕਿਉਂਕਿ ਇਹ ਉਮੀਦਵਾਰ ਵੀ ਨੇ ਤੇ ਟ੍ਰਾਂਸਪੋਰਟ ਮੰਤਰੀ ਦੇ ਖਿਲਾਫ ਚੋਣ ਵੀ ਲੜ ਰਹੇ ਹਨ ਤੇ ਇਲੈਕਸ਼ਨ ਦੇ ਵਿੱਚ ਇਸ ਦਾ ਜਵਾਬ ਦਿੱਤਾ ਜਾਏਗਾ ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਾਨੀ